लो जी इस टाइम साडा ड्रामा चल रहा मनरवा थिएटर दे विच। इस टाइम जिहड़ी तुसीं चीज़ां देख रहे हो इह सारियां ड्रामे दे विच अपनी परफॉर्मेंस कर दियां ने। सोबिया खां इह की ड्रामे दे विच कर रही है तू? मैं खिलाड़ी। अच्छा खिलाड़ी बनी। तुसीं इह वेखो वी जदों इदां दी खिलाड़ी होएगी ते किदां दी ऑडियंस आएगी। ओए होए 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 ओए क्लैप देख तू किदां लोक करनगे। एक्चुअली इस टाइम साडा ड्रामा चल रहा वा। ड्रामा चलदे सारी उधर तुसीं आवाज़ जिहड़ी सुन रहे हो ना पिछे हाल दी है ਤੇ ਹਾਲ ਦੇ ਵਿੱਚ ਉਹਦੀ ਵੀ ਆਵਾਜ਼ ਆ ਰਹੀ ਹੈ ਤੇ ਨਾਲ ਸਾਡੀ ਵੀ ਆ ਰਹੀ ਹੈ। ਸਾਡੀ ਜ਼ਿਆਦਾ ਆ ਰਹੀ ਹੈ ਔਰ ਤੁਹਾਡੀ ਵੈਸੇ ਵੀ ਜ਼ਿਆਦਾ ਹੁੰਦੀ ਚਾਹੀਦੀ ਆਵਾਜ਼ ਕਿਉਂਕਿ ਵੂਫਰ ਵੱਡੇ ਹੋਣ ਤੇ ਆਵਾਜ਼ ਤੇ ਸਾਰੇ ਪਾਸੇ ਜਾਂਦੀ ਹੈ। ਵੂਫਰ ਅਸੀਂ ਸਾਈ ਦੇ ਬਣਵਾਏ ਕੋਈ ਲੋਕਲ ਵੂਫਰ ਨਹੀਂ। ਦੱਸ ਇਹਨਾਂ ਨੂੰ ਇਹ ਸਾਈ ਤੇ ਬਣ ਜਾਂਦੇ ਨੇ ਭੈਣ। ਮੈਂ ਕਿਹਾ ਜੀ ਬੜੇ ਜਪਾਨੀ ਨੇ। ਅੱਛਾ ਜਪਾਨੀ ਹੈ ਲੇਕਿਨ ਇਹਨਾਂ ਦਾ ਲੇਕਿਨ ਆਵਾਜ਼ ਲੈਵਲ ਜਿਹੜਾ ਇਹਨਾਂ ਦਾ ਸਹੀ ਹੈ ਇਹਨਾਂ ਦਾ। ਸਰ ਤੁਹਾਨੂੰ ਮੈਂ ਕਹਿੰਦਾ ਘਰ ਤੱਕ ਇਹਦੀ ਆਵਾਜ਼ ਆਏਗੀ। ਇੱਕੋ ਆਵਾਜ਼ ਹੈ ਇਹਦਾ ਮਤਲਬ ਦੋ ਵਾਰੀ ਆਵਾਜ਼ ਆਉਂਦੀ ਹੈ। ਪੜਾ ਲਓ ਸਿੰਗਰ ਇਹ। ਮੈਂ ਕਿਹਾ ਤੁਹਾਡੇ ਦਿਲ ਦੀ ਧੜਕਣ ਵੀ ਧੜਕੇਗੀ ਜਦੋਂ ਇਹ ਇਹਨਾਂ ਮੈਕਾ ਤੋਂ ਆਵਾਜ਼ ਆਣੀ। ਦਿਲ ਤੇ ਵਾਕੇ ਧੜਕਦਾ ਹੀ ਹੈ ਜਦੋਂ ਇਹਨਾਂ ਵਜ਼ਨ ਪਿਆ ਹੋਵੇ। ਜਿਹੜਾ ਮਰਜ਼ੀ ਸਿੰਗਰ ਪੜਾ ਲਓ ਅਕਰਮ ਰਾਈ ਹੈ ਨਾ ਉਤਲੇ ਸੁਰਾਂ ਵਾਲਾ। ਇਹ ਬੈਟ ਜਿਹੜਾ ਤੁਸੀਂ ਉਹਨੂੰ ਵੇਖ ਲਓ। ਕ੍ਰਿਕਟ ਵੀ ਖੇਡਦੇ ਤੁਸੀਂ ਵਿੱਚ? ਅੱਛਾ ਜੀ ਐਸੀ ਵੈਸੀ। ਅੱਛਾ ਤੁਸੀਂ ਬੜਾ ਹੀ ਮਜ਼ਾ ਆਉਂਦਾ ਵੇ ਮੈਚ ਕਿ ਤੁਹਾਡਾ ਬੱਲਾ ਫੜਨ ਦਾ ਤਰੀਕਾ ਤੇ ਸੰਡਿਆ ਕਿ ਤੁਸੀਂ ਬਹੁਤ ਅੱਛੀ ਕ੍ਰਿਕਟ ਖੇਡਦੇ ਹੋਵੋਗੇ। ਨਹੀਂ ਬੜਾ ਮਜ਼ਾ ਆਉਂਦਾ ਵੇ ਤੁਹਾਨੂੰ ਹੀ ਆਉਂਦਾ ਹੋਣਾ ਲੇਕਿਨ ਸਾਡੀ ਤੇ ਇਸ ਟਾਈਮ ਜਾਨ ਤੇ ਬਣ ਜਾਂਦੀ ਹੈ ਜਿੱਡਾ ਤੁਸੀਂ ਇਸ ਮਾਂ ਨਹੀਂ ਨਹੀਂ ਮੈਂ ਐਵੇਂ ਨਾ ਬੱਲਾ ਕਿਡਾ ਸੋਹਣਾ ਵੇ ਐਵੇਂ। ਹਾਂਜੀ ਹਾਂਜੀ ਬੱਲਾ ਤਾਂ ਠੀਕ ਹੈ ਲੇਕਿਨ ਬੰਦਾ ਇਕੱਲਾ ਹੋਵੇ ਫੇਰ ਬੱਲਾ ਤੇ ਠੀਕ ਹੁੰਦਾ। ਤੇ ਤੁਸੀਂ ਜਿਹੜਾ ਵਾ ਤੁਸੀਂ ਵੀ ਕ੍ਰਿਕਟ ਖੇਡਦੇ ਹੋ ਜੀ? ਨਹੀਂ ਜੀ ਮੈਂ ਸਿਰਫ ਵੇਖਣ ਜਾਂਦਾ। ਮੈਂ ਟਿਕਟ ਇਹ ਆਪਣੀ ਭੈਣ ਨੂੰ ਲੈ ਕੇ ਜਾਂਦਾ ਵੇ। ਮੈਂ ਇਹਦੀ ਭੈਣ ਬਣੀ ਆ ਡਰਾਮੇ ਦੇ ਵਿੱਚ। ਅੱਛਾ ਇਹ ਤੁਸੀਂ ਇਹਦੀ ਭੈਣ ਦੀਆਂ ਕੁਆਲਿਟੀਆਂ ਦੱਸਦਾ ਜਾ ਕੇ ਕਿ ਮੇਰੀ ਭੈਣ ਇੰਜੀ ਮੇਰੀ ਭੈਣ ਇੰਜੀ ਬੜਾ ਹੀ ਮਜ਼ਾ ਆਉਂਦਾ ਵੇ। ਕੁਆਲਿਟੀਆਂ ਤੇ ਭੈਣ ਦੀਆਂ ਮੈਂ ਦੱਸਦਾ ਜਾ ਕੇ ਮੇਰੀ ਭੈਣ ਪੜ੍ਹੀ ਲਿਖੀ ਹੈ। ਅੱਛਾ ਠੀਕ ਹੈ। ਡਬਲ ਐਮਏ ਕੀਤਾ ਉਹਨੇ ਇਹਨੇ? ਹਾਂਜੀ ਇਹ ਡਬਲ ਤਾਂ ਹੋ ਗਿਆ ਹੋਣਾ ਵਾ ਕਿਉਂਕਿ ਸਿੰਗਲ ਦਾ ਕੰਮ ਨਹੀਂ ਹੈ। ਨਹੀਂ ਡਬਲ ਐਮਏ ਨਾਲ ਹੀ ਕੰਮ ਵੱਧਦਾ ਬੰਦੇ ਦਾ ਨਾ। ਡਬਲ ਇਹ ਕੰਮ ਹੀ ਡਬਲਾਂ ਦਾ ਵਾ ਵੀ ਰਾਤ ਦਿਨ ਲੱਗੇ ਹੀ ਰਹੋ। ਲੇਕਿਨ ਇਹ ਨਾ ਗਲਤ ਸਮਝ ਰਹੇ ਹੋ ਤੁਸੀਂ। ਯਕੀਨ ਕਰੇ ਸ਼ਰੀਫ ਆਦਮੀ ਹੈ ਦੋਨੇ ਤੁਸੀਂ। ਬਹੁਤ ਸ਼ਰੀਫ ਮੇਰੀ ਭੈਣ ਦੀ ਸ਼ਰੀਫ ਆਦਮੀ ਹੈ। ਔਰ ਤੁਹਾਡੀ ਭੈਣ ਜਿਹੜੀ ਹੈ ਉਹ ਵੀ ਸ਼ਰੀਫ ਆ। ਲਓ ਤੁਹਾਡੇ ਸਾਹਮਣੇ ਤੋਂ ਨਜ਼ਰ ਨਹੀਂ ਆਉਣੀ ਵੀ ਕਿੰਨੀ ਕੁ ਸ਼ਰੀਫ ਨਹੀਂ ਹੈ। ਕਿਉਂ ਚੜਾਉਂਦੇ ਨੇ ਬੱਲੇ ਤੇ ਆ ਵਾਲਾ? ਇਹ ਤੇ ਹੁਣ ਮੈਨੂੰ ਵੀ ਨਹੀਂ ਪਤਾ। ਹੁਣ ਪਤਾ ਲੱਗੂਗਾ ਵੀ ਕਿਉਂ ਚੜਾਉਂਦੇ ਆ ਇਹ। ਆ ਵੇ ਨਾ ਫਿਰ ਐਂਡ ਕਰਕੇ ਇਹ ਰਬੜ ਦੇ ਨਾਲ ਬੇਲਾ ਬੰਦਾ ਖੇਲੀ ਜਾਂਦਾ ਹੁੰਦਾ ਨਾ ਕਦੀ ਲਾਲੀ ਕਦੀ ਚੜਾ ਲਈ। ਇਹ ਤੁਹਾਨੂੰ ਇਹ ਤਾਂ ਹੱਥ ਸਲਿਪ ਨਹੀਂ ਨਾ ਹੁੰਦਾ। ਅੱਛਾ ਅੱਛਾ ਐਂਡ ਮਤਲਬ ਫੜੋ ਤੇ ਆੜ ਗਿਆ ਹੀ ਉਹ ਆੜ ਗਿਆ ਆਵੇ ਫਸ ਗਿਆ ਹੱਥ। ਹਾਂਜੀ ਹਾਂਜੀ ਉਹ ਫਸ ਜਾਂਦਾ। ਨਹੀਂ ਇਹ ਰਬੜ ਦੇ ਨਾਲ ਹੱਥ ਫਸ ਗਿਆ। ਇਹ ਬੜੀ ਹਾਰਡ ਹੈ ਰਬੜ ਯਾਰ। ਹਾਂਜੀ ਹਾਂਜੀ ਇਹ ਹਾਰਡ ਹੋ ਜਾਂਦੀ ਹੈ ਥੋੜੇ ਹੱਥਾਂ 'ਚ ਰਹਿੰਦੀ ਹੈ। ਨਹੀਂ ਤੁਸੀਂ ਜਦੋਂ ਖੇਡਦੇ ਤੁਹਾਨੂੰ ਮਜ਼ਾ ਨਹੀਂ ਆਉਂਦਾ? ਮੈਨੂੰ ਤੇ ਮੈਨੂੰ ਜਿਹੜੀ ਮੈਨੂੰ ਜਦੋਂ ਖੇਡਣ ਦਾ ਉਦੋਂ ਮਜ਼ਾ ਆਉਂਦਾ ਜਦੋਂ ਟਿੱਕ ਦੀ ਆਵਾਜ਼ ਆਉਂਦੀ ਹੈ ਨਾ ਜਦੋਂ ਬਾਲ ਆਣ ਕੇ ਟੱਚ ਕਰਦੀ ਬੱਲੇ ਦੇ ਨਾਲ। ਓਏ ਹੋਏ 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 ਤੇ ਫੇਰ ਉਹ ਜਿਹੜੀ ਟਿੱਕ ਆ ਨਾ ਉਹ ਟਿੱਕ ਦਾ ਜਿਹੜਾ ਮਜ਼ਾ ਆਉਂਦਾ ਵਾ। ਅੱਛਾ ਜੀ ਤੁਸੀਂ ਕ੍ਰਿਕਟ ਖੇਡਦੇ ਹੋ? ਨਹੀਂ ਮੈਂ ਦੇਖਦਾ ਹਾਂ ਸਿਰ। ਮੈਨੂੰ ਲੱਗਦਾ ਤੁਹਾਡੇ ਬਹੁਤ ਬੌਂਸ ਵਜੇ ਆ ਮੂੰਹ ਤੇ ਸਾਰੀਆਂ ਗੇਂਦਾਂ ਤੁਹਾਡੇ ਮੂੰਹ ਤੇ ਵਜੀਆਂ। ਤੁਹਾਡੀ ਨਾ ਬਾਸ ਟੱਕ ਇੱਥੇ ਵਜੀ ਟੱਕ ਇੱਥੇ ਕੱਟ ਰਹੀ ਤੁਹਾਡੀ ਬਾਸ। ਤੁਸੀਂ ਕ੍ਰਿਕਟ ਖੇਡਦੇ ਹੋ ਤੁਹਾਨੂੰ ਤੇ ਉਹ ਸਮਾਨ ਵੀ ਨਹੀਂ ਪਾਉਣਾ ਪੈਣਾ ਜਿਹੜਾ ਪਾਕ ਖੇਡਦੇ ਨੇ ਕ੍ਰਿਕਟ। ਆ ਜਿਹੜੇ ਲੱਤਾਂ ਇਹ ਵੀ ਬਣੀ ਹੈ 10 ਪਾਉਂਦੇ ਨੇ ਇੱਥੇ ਪਾਉਂਦੇ ਨੇ। ਵੇਖ ਲਓ ਵੇਖ ਲਓ ਵੀ ਬਣੀ ਹੋਈ ਨੇ ਸਮਾਨ ਹੀ ਸਾਰੀ ਸ਼ੈ ਪਾਈ ਉਹਨੇ ਤੇ ਪਾਉਣੀ ਵੀ ਹੈ ਜੇ। ਲਓ ਜੀ ਮੇਰੀ ਐਂਟਰੀ ਆ ਗਈ। ਮੈਂ ਆਪਣੀ ਐਂਟਰੀ ਤੇ ਜਾ ਰਿਹਾ ਹਾਂ ਤੇ ਸੋਭੀਆ ਖਾਨ ਤੁਹਾਡੇ ਨਾਲ ਉਹਨੇ ਦੇਰ ਗੱਲ ਕਰੇਗੀ ਆਪਣੇ ਭਰਾ ਦੇ ਨਾਲ। ਲੈ 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 ਭਈਆ ਜਨਾਬ ਨਾਜ਼ਰੀਨ ਕੀ ਹਾਲ ਹੈ? ਦੇਖੋ ਗੱਲ ਇਸ ਤਰ੍ਹਾਂ ਹੈਗੀ ਆ। ਕਿਸ ਤਰ੍ਹਾਂ ਹੈਗੀ ਆ? ਮੈਂ ਇਹਨਾਂ ਨੂੰ ਦੱਸਿਆ ਵਾ ਵੀ ਅਸੀਂ ਮੈਚ ਨਹੀਂ ਖੇਡਣਾ, ਅਸੀਂ ਜਰਾ ਆਪਣੀ ਕੁੜੀ ਦੀ ਆਉਣੀ ਆ। ਉਹ ਅਸੀਂ ਕੁੜੀ ਨੂੰ ਪੜਾਇਆ ਲਿਖਾਇਆ ਵਾ, ਖਵਾਇਆ ਪਿਆਇਆ, ਵੇਖੋ ਤੁਹਾਡੇ ਸਾਹਮਣੇ ਹਰ ਸ਼ੈ ਉਹਦੀ। ਰੋਜ਼ ਦਾ 2 ਕਿਲੋ ਦੁੱਧ ਮਾਸ਼ਾਅੱਲਾ ਬੰਨੇ ਲਾਉਂਦੀ ਔਰ ਮੱਖਣ ਦਾ ਇੱਕ ਐਡਾ ਕ ਪੇੜਾ ਪੇੜਾ। ਓਏ ਹੋਏ ਪੇੜਾ ਜਿਹੜਾ ਮਾਂ ਦੇ ਹੱਥ ਦਾ ਸੀ ਪੇੜਾ ਖਾਣੇ ਸੀ ਨਾ, ਉਸ ਪੇੜੇ ਦੀ ਚਸ ਨਹੀਂ ਆਉਣੀ ਕਿਤੇ ਵੀ। ਪਰ ਜਿਹੜਾ ਪੇੜਾ ਐਡਾ ਹੁੰਦਾ ਨਾ ਮੱਖਣ ਦਾ, ਉਹ ਚੁੱਕ ਕੇ ਜਦੋਂ ਮੈਂ ਖਾਣੀ ਆ ਨਾ, ਓਏ ਹੋਏ ਸ਼ੱਕਰ ਪਾ ਕੇ ਨਾਲ ਦੇਸੀ ਘਿਓ ਦੀ ਚੂਰੀ ਚਸ ਆ ਜਾਂਦੀ। ਓਏ ਹੋਏ ਆਓ ਜਵੇਦ ਸਾਹਿਬ ਤੁਸੀਂ ਵੀ ਆਓ ਜਰਾ ਇੱਥੇ ਆ ਜਾਓ। ਹਾਂਜੀ ਇਹ ਜਵੇਦ ਵਿੱਕੀ ਸਾਹਿਬ ਨੇ ਜੀ, ਨਸੀਮ ਵਿੱਕੀ ਸਾਹਿਬ ਦੇ ਭਾਈ ਨੇ ਤੇ ਮਾਸ਼ਾਅੱਲਾ ਬੜੇ ਚੌਕਲੇਟੀ ਵੀਰ ਹੋਣੇ ਇਹ ਵੀ। ਇਹ ਟਿਕਟੌਕ ਦੇ ਅਕਸਰ ਤੁਸੀਂ ਵੇਖਦੇ ਹੋਣੇ ਆ, ਫੇਮਸ ਆਦਮੀ ਨੇ ਇਹ ਨਾ ਕਰਦਾ। ਦੱਸੋ ਤੁਸੀਂ ਕੋਈ ਗੱਲ ਕਰੋ ਫੜੋ ਜਰਾ। ਹਾਂਜੀ ਜੀ ਅਸਲਾਮ ਅਲੈਕਮ ਜੀ। ਜੀ ਵਾਲੇਕਮ ਸਲਾਮ, ਕੈਸੇ ਆਪ? ਮੈਂ ਠੀਕ। ਆਪ ਜੀ ਕੇ ਨਿਊਜ਼ ਮੇ ਆਏ ਹੈਂ, ਆਪਕੋ ਕੈਸਾ ਲੱਗ ਰਿਹਾ ਹੈ? ਮਾਸ਼ਾਅੱਲਾ ਬਹੁਤ ਅੱਛਾ ਲੱਗ ਰਿਹਾ ਹੈ। ਕੌਣ ਸੀ ਬੈਂਡ ਪੇਸ਼ ਕਰਨਗੇ ਆ? ਮੈਂ ਤੇਰੀ ਭੈਣ ਡਰਾਮਾ ਵੀ ਬਹੁਤ ਅੱਛਾ ਲੱਗ ਰਿਹਾ ਹੈ ਮੁਝੇ ਜੀ। ਆਪ ਕਿਆ ਰੋਲ ਨਿਭਾ ਰਹੇ ਹੋ? ਮੈਨੂੰ ਜਿਹੜਾ ਰੋਲ ਦੇ ਰਹੇ ਨੇ ਮੈਂ ਇਨਸ਼ਾਅੱਲਾ ਅਲਹਮਦੁਲਿਲਾਹ ਬਲਕਿ ਕਰੀਮ ਰੋਲ ਕਰਕੇ ਪੇਸ਼ ਕਰਨਾ ਹੈ। ਅੱਛਾ ਹਾਂਜੀ, ਰੋਲ ਦੇ ਵਿੱਚ ਕਰੀਮ ਭਰ ਕੇ ਕਰਨਾ ਮੈਂ। ਤੁਹਾਡੀ ਨਜ਼ਰ ਇਸ ਡਰਾਮੇ 'ਚ ਕਿਹੜਾ ਕਰ ਰਹੇ ਹੋ? ਇਸ ਡਰਾਮੇ 'ਚ ਮੈਂ ਲਾਹੌਰ ਕਲੰਦਰ 'ਚ ਉਹੀ ਤੁਹਾਡੇ ਵਾਲੀ ਗੱਲ ਮੈਂ ਭੈਣ ਪੇਸ਼ ਕਰ ਰਹੇ ਹਾਂ।
ਤੁਸੀਂ ਵੀ ਕਰ ਰਹੇ ਹੋ? ਹਾਂਜੀ ਮੈਂ ਕੱਲਾ ਹੀ ਨੇ ਕਰ ਰਿਹਾ। ਹਾਂਜੀ ਮੈਂ ਮਜ਼ਾ ਆ ਰਿਹਾ ਤੁਹਾਡਾ, ਮਜ਼ਾ ਆ ਰਿਹਾ ਤੁਹਾਡਾ। ਅੱਛਾ ਜੀ, ਇਹ ਵੀ ਆਪਣੀ ਬਾਡੀ ਦੀ ਭੈਣ ਮੈਂ ਆ ਤੇ ਇਹਨਾਂ ਦੀ ਭੈਣ ਲੱਭ ਲੈਣੇ ਆ ਥੋੜੇ ਦੇ ਠਹਿਰ ਕੇ ਕਿ ਉਹ ਕਿੱਥੇ ਗਈ ਹੈ। ਨਹੀਂ ਮੇਰੀ ਭੈਣ ਜਿਸ ਤਰ੍ਹਾਂ ਦੀ ਹੋਵੇ ਠੀਕ ਹੈ, ਇਹਦੀ ਭੈਣ ਕਿਹੋ ਜੀ ਹੋਏਗੀ? ਬੈਠੀ। ਅੱਛਾ ਜੀ, ਲੇਕਿਨ ਲੇਕਿਨ ਤੁਸੀਂ ਪਾਣੀ ਨਹੀਂ ਪਾਣੀ ਹੈ ਨਹੀਂ, ਇਹ ਤਾਂ ਜਾਲੀ ਭੈਣ ਹੈ ਨਾ ਤੁਹਾਡੀ, ਵੈਸੇ ਰੀਅਲ ਭੈਣ ਪੱਥਰ ਦੀ ਭੈਣ ਹੋਏਗੀ ਇੰਜ ਲੱਗ ਰਿਹਾ ਮੈਨੂੰ। ਓਏ ਹੋਏ ਹੋਏ ਹੋਏ, ਹਾਰ ਦਾ ਰਿਸ਼ਤਾ ਮੇਰਾ। ਹੋਰ ਕਿਵੇਂ ਲੱਗ ਰਹੇ ਆ? मैं आप ये आप बताएंगे मुझे मैं कैसा लग रहा हूँ। अच्छा जी, ओके फ्रेंड, हमारी एंट्री आ चुकी है। एंट्री करके उसके बाद फिर हम आते हैं और फिर गपशप लगाते हैं। ओके।